बिस्मिल्लाहिर्रहमानिर्रहीम, इयाक नअबदु व इयाक नस्तईन। अस्सलामु अलैकुम। वेखदे पे हो तुसी पाक पतन पंजाब टीवी। मैं तुहाडा मेज़बान मुहम्मद हसन रज़ा। जिवें कि दोस्त जानते ने, असीं डेली भाइयों वास्ते नवें तो नवें और अच्छे तो अच्छे मुख्तलिफ जानवरों दी वीडियो लैके हाज़र होने हैं। ਅੱਜ ਦੀ ਵੀਡੀਓ ਦੇ ਵਿੱਚ ਦੋਸਤਾਂ ਨੂੰ ਮੱਝ ਵਿਖਾਉਣੀ ਹੈ। ਅੱਲਾ ਦੇ ਹੁਕਮ ਦੇ ਨਾਲ ਡੇਲੀ ਕੋਸ਼ਿਸ਼ ਕਰਨੇ ਹਾਂ ਕਿ ਜਾਨਵਰ ਅਸੀਂ ਅੱਛਾ ਲੈ ਆਈਏ। ਡੇਲੀ ਦੀ ਨਿਸਬਤ ਜਨਾਬ ਵੱਧ ਤੋਂ ਵੱਧ ਅੱਛੇ ਤੋਂ ਅੱਛਾ ਜਾਨਵਰ ਲੈ ਕੇ ਹਾਜ਼ਰ ਹੋਈਦਾ। ਕੈਮਰਾਮੈਨ ਸਾਹਿਬ ਤੁਹਾਨੂੰ ਕਰਵਾਉਣਗੇ ਤਸਲੀਆਂ। ਮੱਝ ਜਨਾਬ ਦੂਸਰਾ ਵਾਰਾ ਤਿਆਰ ਹੈ। ਯਾਰ ਲਵੇ ਦੋ, ਇਹ ਲਵੇ ਚਾਰ, ਇਹ ਲੈ ਜਾਵੇ ਛੇ। ਅੱਲਾ ਦੇ ਕਰੇ ਰੋਡ ਤੇ ਖੜੇ ਆ, ਡਿਸਟਰਬ ਹੋ ਰਹੇ ਆ, ਲੇਕਿਨ ਕੋਸ਼ਿਸ਼ ਕਰਕੇ ਤੁਹਾਨੂੰ ਅਸੀਂ ਜਨਾਬ ਜਾਨਵਰ ਅੱਛੇ ਤਰੀਕੇ ਦੇ ਨਾਲ ਵਿਖਾਵਾਂਗੇ। ਮੱਝ ਦਾ ਆਰਡਰ ਚੈੱਕ ਕਰਨਾ ਹੈ, ਗੱਲੀ ਬਾਤੀ ਨਹੀਂ, ਬਾਂਹ ਬਾਂਹ ਨਹੀਂ ਤੇ ਹਾਲ ਹਾਲ ਤੇ ਕੁਕੂ ਰਾੜਾ ਨਹੀਂ। ਕੈਮਰਾਮੈਨ ਸਾਹਿਬ ਥੋੜ੍ਹੀ ਜਿਹੀ ਕੋਸ਼ਿਸ਼ ਕਰਕੇ ਨਾ ਇੱਥੇ ਥੱਲੇ ਦੁਨੀ ਵਿਖਾਓ ਅਤੇ ਸੂਹ ਵਿਖਾਓ ਵੀ ਐਂ ਜੇ ਦੁਨੀ ਤੋਂ ਸੂਹ ਤੱਕ ਹੁੰਦਾ ਹੈ। ਇਹ ਕੰਮ ਨਹੀਂ ਹੈ ਵੀ ਦੁਨੀ ਤੋਂ ਫੁੱਟ ਪਿੱਛੇ ਵੀ ਫਿਰਦਾ ਹੋਵੇ ਅਤੇ ਆਖਦੇ ਨੇ ਜੀ ਦੁਨੀ ਤੋਂ ਸੂਹ ਤੱਕ ਥੱਬੇ ਲਾਈ ਕਲੀਏ। ਐਂ ਜੇ ਥੱਬੇ ਹੁੰਦੇ ਨੇ ਅੱਲਾ ਦੇ ਹੁਕਮ ਨਾਲ, ਥੱਬੇ ਅੱਜ ਖੁਦ ਬੋਲ ਕੇ ਦੱਸਣਗੇ ਕਿ ਥੱਬੇ ਇੰਝ ਹੁੰਦੇ ਨੇ। ਮੱਝ ਨੂੰ ਜਿਹੜਾ ਆਰਡਰ ਮਾਸ਼ਾਅੱਲਾ ਬੜਾ ਖੂਬਸੂਰਤ ਔਰ ਬੜਾ ਪਿਆਰਾ ਦੁਨੀ ਤੋਂ ਸੂਹ ਤੱਕ ਅਤੇ ਚੈੱਕ ਕਰਨਾ ਮਾਸ਼ਾਅੱਲਾ ਇੰਤਹਾਈ ਖੂਬਸੂਰਤ ਖੁੱਲ੍ਹੇ ਲਿਬਾਸ ਨੇ ਜੋਟੀ ਨੂੰ, ਮੱਝ ਨੂੰ। ਮੱਝ ਜਾਂ ਜੋਟੀ ਹੈ ਜਨਾਬ ਹੈ ਤੁਹਾਡੀ ਅੱਖਾਂ ਦੇ ਸਾਹਮਣੇ। ਮੱਝ ਦੀ ਜਿਹੜੀ ਹੱਡੀ ਹੈ ਚੈੱਕ ਕਰਨੀ ਹੈ ਸਿੰਗਲ, ਡਾਕਾਂ ਔਰ ਜਨਾਬ ਪੁੱਠਾ ਚੈੱਕ ਕਰਨਾ ਹੈ, ਖੁੱਡਾ ਮਾਸ਼ਾਅੱਲਾ ਬੜਾ ਖੂਬਸੂਰਤ ਪੂਛ, ਛਮਕਾਂ ਵਰਗੀ ਔਰ ਡੋਰ ਵਰਗੀ ਪੂਛ ਹੈ। ਇਹ ਉੱਤੇ ਵਾਲ ਆਏ ਨੇ, ਕੋਈ ਬੰਦਾ ਇਹ ਨਾ ਆਖਿਆ ਵੀ ਯਾਰ ਪਤਾ ਨਹੀਂ ਸੁਬੜਾ ਬੜਾ ਹੋਇਆ, ਸੁਬੜਾ ਨਹੀਂ ਹੈ, ਸਿਰਫ ਉੱਤੇ ਵਾਲ ਨੇ ਮਾਸ਼ਾਅੱਲਾ ਬਰੀਕ ਪੂਛ। ਇਹ ਚੈੱਕ ਕਰਨਾ ਹੈ ਤਸਲੀਆਂ ਦੇ ਨਾਲ, ਚਮੜੀ ਮੱਝ ਦੀ ਚੈੱਕ ਕਰਨੀ ਹੈ ਟਿਸ਼ੂ ਪੇਪਰ ਵਰਗੀ। ਮੱਝ ਨੂੰ ਜਨਾਬ ਲੰਬਾਈ, ਮੱਝ ਦੀ ਹਾਈਟ, ਕੱਦ ਕਾਠ ਮਾਸ਼ਾਅੱਲਾ, ਖੂਬਸੂਰਤੀਆਂ, ਹੁਸਨ, ਹਰ ਚੀਜ਼ ਜਨਾਬ ਕਰਨੀ ਹੈ ਤਸੱਲੀ। ਦੋਸਤਾਂ ਨੇ ਮੁੱਛ ਬੱਗੀ ਹੈ ਮੱਝ ਨੂੰ, ਅੱਖਾਂ ਸਫੈਦ ਚਿੜੀਆਂ ਨੇ, ਪਿਛਲੇ ਪੈਰ ਧੋਤੇ ਹੋਏ। ਇਹ ਐਡਾ ਮਾਸ਼ਾਅੱਲਾ ਚੈੱਕ ਕਰਨਾ ਆਰਡਰ ਦੇ ਸਫੈਦ ਟਾਕੀਆਂ ਨੇ, ਇਹ ਆਰਡਰ ਨੂੰ ਮਜ਼ੀਦ ਖੂਬਸੂਰਤ ਬਣਾਉਂਦੀਆਂ ਨੇ। ਮੱਝ ਸਾਡੀ ਖਾਸ ਨੀਲੀ ਦੀ ਔਰ ਬਰੀਕ, ਸਿਰ ਮੱਝ ਨੂੰ ਖੁੰਡਾ ਮਾਸ਼ਾਅੱਲਾ, ਪਿੱਛੋਂ ਮੋੜ ਕੇ ਗੋਲ ਕੜੇ ਨੇ ਚੈੱਕ ਕਰਨਾ ਮਾਸ਼ਾਅੱਲਾ ਬੜਾ ਖੂਬਸੂਰਤ, ਇੰਤਹਾਈ ਖੂਬਸੂਰਤ ਔਰ ਆਊਟ ਕਲਾਸ ਜਨਾਬ ਆਈਦਾ ਹੈ ਜਾਨਵਰ ਹੈ। ਬਾਕੀ ਤੁਹਾਡੀ ਅੱਖਾਂ ਦੇ ਸਾਹਮਣੇ ਕੈਮਰਾਮੈਨ ਸਾਹਿਬ ਕੋਸ਼ਿਸ਼ ਕਰਕੇ ਆਰਡਰ ਚੈੱਕ ਕਰਵਾਉਣਾ ਹੈ ਵੀ ਕੋਈ ਨੀਵੀਂ ਉੱਚੀ ਨਹੀਂ, ਕੋਈ ਜਨਾਬ ਟੋਏ ਵਿੱਚ ਨਹੀਂ ਸੱਟੀ ਖਲਿਆ ਹੈ, ਕੋਈ ਐਵੇਂ ਦਾ ਨਿਜ਼ਾਮ ਨਹੀਂ ਹੈ। ਬਾਕੀ ਤੁਹਾਡੀ ਅੱਖਾਂ ਦੇ ਸਾਹਮਣੇ ਮੱਝ ਨੂੰ ਥਾਣ ਬੜਾ ਖੂਬਸੂਰਤ ਵਿਰਾਲ, ਹਰ ਚੀਜ਼ ਦੋਸਤਾਂ ਨੇ ਕਰਨੀ ਹੈ ਤਸੱਲੀ। ਮੱਝ ਨੂੰ ਪੈਰੂ ਕੱਢ ਦੇ ਟੁਰਨ ਦੇ, ਇੱਕ ਵਾਰੀ ਜਾਣ ਦੇ ਅਤੇ ਫਿਰ ਉਹਨਾਂ ਹਟਾ ਦੇ ਤਾਂ ਕਿ ਦੋਸਤਾਂ ਨੂੰ ਪਤਾ ਚੱਲੇ ਵੀ ਵਾਕਿਆ ਮੱਝ ਕੋਲ ਆਰਡਰ ਹੈ। ਕੋਈ ਦੋਸਤ ਇਹ ਨਾ ਕਿਹਾ ਵੀ ਬੰਨ੍ਹ ਕੇ ਵਿਖਾਈ ਰੱਖੀ ਇਹਨੇ ਅਤੇ ਖੋਲ੍ਹੀ ਨਹੀਂ ਇਹਨੇ, ਪਤਾ ਨਹੀਂ ਕੀ ਮਸਲਾ ਹਾ, ਟੁਰਨ ਦੇ ਮੱਝ ਨੂੰ ਟੋਰੀ ਚੱਲ। ਕੈਮਰਾਮੈਨ ਸਾਹਿਬ ਸਾਈਡ ਤੋਂ ਹੋ ਕੇ ਮੱਝ ਦੀ ਟੋਰ ਚੈੱਕ ਕਰਵਾਉਣੀ ਹੈ ਮਾਸ਼ਾਅੱਲਾ, ਪੁੱਛ ਪੁੱਛ ਪੈਰ ਮੱਝ ਰੱਖਦੀ ਹੈ, ਹਰ ਚੀਜ਼ ਦੀ ਦੋਸਤਾਂ ਨੇ ਤਸਲੀਆਂ ਕਰਨੀਆਂ ਨੇ। ਸਾਡਾ ਕੰਮ ਹੈ ਤੁਹਾਨੂੰ ਜਾਨਵਰ ਅੱਛੇ ਤਰੀਕੇ ਨਾਲ ਵਿਖਾਉਣੇ, ਤੁਹਾਡਾ ਕੰਮ ਹੈ ਤਸਲੀਆਂ ਕਰਨੀਆਂ, ਤਸਲੀਆਂ ਕਰਕੇ ਜਨਾਬ ਆਪਣਾ ਜਾਨਵਰ ਤੁਸੀਂ ਪਸੰਦ ਕਰੋ।
ਕੇ ਜਾਓ। ਇਹਦੇ ਚਿਹਰਾ ਚੈੱਕ ਕਰਨਾ ਮਾਸ਼ਾਅੱਲਾ ਬੜਾ ਖੂਬਸੂਰਤ ਚਿਹਰਾ, ਮਾਈ ਨੂੰ ਲੱਤਾਂ ਪੱਟ ਚੰਗੇ, ਮਾਈ ਨੂੰ ਖੁੱਚਾਂ ਕਿੰਨੀਆਂ ਮਜ਼ਬੂਤ, ਹਰ ਚੀਜ਼ ਦੀ ਤਸੱਲੀ ਕਰ ਲੈਣੀ ਅੱਗੇ ਜਾਣ ਦੇ, ਬਸ ਛੱਡ ਦੇ ਆਪੇ ਡਰਨ ਦੇ ਮਾਈ ਨੂੰ। ਬਾਕੀ ਜਨਾਬ ਆਪਾਂ ਸਾਰੀਆਂ ਗੱਲਾਂ ਕਰਨੇ ਹਾਂ ਬਾਈ ਦਿਲਸ਼ਾਦ ਦੇ ਨਾਲ, ਇਹਦੀ ਸਾਰੀ ਡਿਟੇਲ ਦੋਸਤਾਂ ਨੂੰ ਲੈ ਕੇ ਦਿੰਦੇ ਹਾਂ ਬਾਈ ਦਿਲਸ਼ਾਦ ਦੇ ਕੋਲੋਂ। ਮਾਸ਼ਾਅੱਲਾ ਇੰਤਹਾਈ ਖੂਬਸੂਰਤ ਆਈ ਦਾ ਜਨਾਬ ਹੈ ਜਾਨਵਰ ਹੈ, ਤਸੱਲੀਆਂ ਕਰ ਲੈਣੀਆਂ ਨੇ ਦੋਸਤਾਂ ਨੇ। ਬਾਕੀ ਬਾਈ ਦਿਲਸ਼ਾਦ ਦੇ ਨਾਲ ਸਾਰੀ ਗੱਲ ਕਰ ਲੈਂਦੇ ਹਾਂ, ਅਤੇ ਕੈਮਰਾਮੈਨ ਸਾਹਿਬ ਤੁਹਾਨੂੰ ਜਨਾਬ ਹਰ ਚੀਜ਼ ਵਿਖਾ ਦਿੱਤੀ ਹੈ। ਕੈਮਰਾਮੈਨ ਦਾ ਪਿਆਰ ਹੈ ਜਿਹੜਾ ਜਾਨਵਰ ਅੱਛੇ ਤਰੀਕੇ ਦੇ ਨਾਲ ਵਿਖਾਉਂਦਾ ਹੈ ਤੁਹਾਨੂੰ, ਹਰ ਤਰ੍ਹਾਂ ਦੇ ਨਾਲ ਹਰ ਐਂਗਲ ਤੋਂ ਹਰ ਪਾਸੋਂ ਤਸੱਲੀਆਂ ਕਰਵਾ ਦਿੰਦਾ ਹੈ, ਤਾਂ ਕਿ ਕੋਈ ਦੋਸਤ ਇਹ ਨਾ ਆਖੇ ਵੀ ਯਾਰ ਪਤਾ ਨਹੀਂ ਹੁਣ ਕੀ ਕੀਤੀ ਖਿਲਣ ਜਾਂ ਕੀ ਕਰ ਦਿੱਤਾ, ਜਾਂ ਇੱਕ ਅੱਖ ਚਿੱਟੀ ਹੋਵੇ ਤਾਂ ਉਹ ਚਿੱਟੀ ਵਿਖਾਈ ਰੱਖਣੀ ਅਤੇ ਕਾਲੀ ਹੋਵੇ ਤਾਂ ਕਾਲੀ ਨਹੀਂ ਵਿਖਾਉਣੀ, ਇਵੇਂ ਦਾ ਕੰਮ ਬਿਲਕੁਲ ਅਸੀਂ ਨਹੀਂ ਕਰਨੇ ਔਰ ਇਨਸ਼ਾਅੱਲਾ ਕਰਨਾ ਵੀ ਨਹੀਂ ਹੈ। ਇੱਥੇ ਕੈਮਰਾਮੈਨ ਸਾਹਿਬ ਦੁਬਾਰਾ ਮਾਝ ਨੂੰ ਇੱਕ ਵਾਰੀ ਸਾਈਡ ਤੋਂ ਆਰਡਰ ਚੈੱਕ ਕਰਵਾਉਣਾ ਵੀ ਮੱਝ ਥੱਬੇ ਲਾਈ ਖਲੀ ਹੈ ਜਾਂ ਨਹੀਂ ਲਾਈ ਖਲੀ, ਐਵੇਂ ਗੱਲਾਂ ਆਉਂਦੀਆਂ ਪਈਆਂ ਨੇ। ਅੱਲਾ ਦੇ ਹੁਕਮ ਦੇ ਨਾਲ ਥੱਬਿਆਂ ਵਾਲੀ ਮੱਝ ਜਿਵੇਂ ਦਾ ਮਾਝ ਨੂੰ ਆਰਡਰ ਹੈ, ਉਮੀਦ ਕੀਤੀ ਜਾ ਸਕਦੀ ਹੈ ਕਿ 18-20 ਕਿਲੋ ਇਹਨੂੰ ਦੇਵਣਾ ਕੋਈ ਔਖੀ ਗੱਲ ਨਹੀਂ ਹੈ। ਬਾਕੀ ਭਾਈ ਦੇ ਨਾਲ ਕਰਨਾ, ਅਸਲਾਮੁ ਅਲੈਕੁਮ। ਵਾਲੇਕੁਮ ਸਲਾਮ, ਕੀ ਹਾਲ ਚਾਲ ਹੈ? ਅੱਲਾ ਪਾਕ ਦੇ ਕਰਮ, ਸਿਹਤਾਂ ਤਬੀਤਾਂ ਠੀਕ ਹੈ? ਓ ਫਿਟ ਫਾਟ। ਮੱਝ ਜਿਹੜੀ ਆਪਾਂ ਵਿਖਾ ਦਿੱਤੀ ਹੈ, ਹਾਂਜੀ, ਕਿੰਨਵਾਂ ਸੁਬਾ ਹੈ ਤੇ ਕਿਤਨੇ ਦਿਹਾੜੇ ਲੈ ਜਾਸੀ? ਇਹ ਦੂਸਰਾ ਵਾਰਾ ਸੋਣੀ ਹੈ ਤੇ ਤਕਰੀਬਨ 2-4 ਤੇ ਲੈ ਜਾਸੀ। ਵਾਰਾ ਦੂਸਰਾ? ਦੂਸਰਾ, ਹਾਂਜੀ, ਦਿਹਾੜੇ 2-4 ਲੈ ਜਾਸੀ, ਹਾਂਜੀ। ਬਾਕੀ ਤਿਆਰ ਹੈ, ਦਿਹਾੜੀ ਘੱਟ ਵੱਧ ਵੀ ਹੋ ਸਕਦੀ ਹੈ, ਉਹਨਾਂ ਦੀ ਆਪਣੀ ਗਰੰਟੀ ਹੈ, ਹਰ ਗੱਲ ਦੀ ਗਰੰਟੀ। ਕੋਈ ਦੋਸਤ ਆਖਦਾ ਬਿਆਨਾ ਕਰ ਲੈਂਦੇ ਆ ਮੱਝ 2 ਦਿਨਾਂ ਦੇ ਵਿੱਚ ਸੂ ਪਵੇ, 4 ਦਿਨਾਂ ਦੇ ਵਿੱਚ ਸੂ ਪਵੇ, 2 ਘੰਟਿਆਂ ਨੂੰ ਸੂ ਪਵੇ, ਹਾਂਜੀ, ਪਾਸ ਕਰਕੇ ਚੋ ਕੇ ਲੈ ਜਾਵਾਂਗੇ, ਇਸ ਤਰ੍ਹਾਂ ਹੋ ਜਾਸੀ। ਅੱਲਾ ਦੁਕਾਨ ਨਾ ਪਾਰ ਗੱਲ ਦੀ ਗਰੰਟੀ ਦੀ, ਥੋੜਾ ਜਿਹਾ ਇੱਥੇ ਧੁੱਪ ਤੇ ਹੋਇਆ, ਇੱਕ ਤਾਂ ਗਰਮੀ ਹੈ ਲੱਗਣਾ, ਇੱਥੇ ਹੁਣ ਥੋੜਾ ਜਿਹਾ ਕੰਮ ਸਹੀ ਹੋ ਗਿਆ ਤੇ ਅੱਛਾ ਥਣਾ ਦੀ ਗਰੰਟੀ ਹੋ ਗਈ ਹੈ। ਵਾਰਾ ਦੂਸਰਾ ਦਿਹਾੜੇ 2-4 ਲੈ ਜਾਸੀ, ਤੇ ਕੋਈ ਬੰਦਾ ਆਖਦਾ ਵੀ ਅਸੀਂ ਜਨਾਬ ਸਵਾ ਕੇ ਲਿਜਾ, ਉਹ ਵੀ ਤੁਸੀਂ ਲਿਜਾ ਸਕਦੇ ਹੋ, ਬਿਆਨਾ ਕਰ ਲਵੋ ਮੱਝ 2-4 ਦਿਨ ਖੜੀ ਰਹਿੰਦੀ ਹੈ, ਸੂ ਪੈਂਦੀ ਹੈ, ਸੂਈ ਸਵਾਈ ਲੈ ਜਾਓ, ਚੋ ਕੇ ਪਾਸ ਕਰਕੇ ਤਸਲੀਆਂ ਕਰਕੇ ਦਿਲ ਠਰੇ ਤਾਂ ਮੱਝ ਲੈ ਜਾਓ, ਨਾ ਠਰੇ ਤਾਂ ਕੋਈ ਮਸਲਾ ਨਹੀਂ, ਐਵੇਂ ਗੱਲ ਹੈ? ਹਾਂਜੀ, ਯਾ ਮੈਂ ਜ਼ਿਆਦਾ ਬੋਲ ਗਈ ਹਾਂ? ਨਹੀਂ ਨਹੀਂ, ਆਪਾਂ ਗਲਤ ਬੋਲਦਾ ਵੀ, ਆਪਾਂ ਚੋਤ ਦਿਸਾਂ ਮੱਝ ਸਹੀ ਹੋ ਗਿਆ, ਲੋਕਾਂ ਵਾਲੀ ਘਰ ਬਾਂਹ ਬਾਹ ਨਹੀਂ ਹੈ ਜਨਾਬ, ਇਹ 28 ਕਿਲੋ ਗੰਜੀ ਦੇ, 25 ਕਿਲੋ ਦੇ, 22 ਕਿਲੋ। ਬਾਕੀ ਮਾਝ ਨੂੰ ਜਿਤਨਾ ਇੱਕ ਆਰਡਰ ਹੈ ਮਾਸ਼ਾਅੱਲਾ, ਉਹ ਤੁਹਾਨੂੰ ਵੀ ਨਜ਼ਰ ਆਉਂਦਾ ਪਈ ਹੈ ਵੀ ਇਹ ਕਿਤਨਾ ਕੁ ਦੁੱਧ ਕਰਾਉਣ ਵਾਲੀ ਹੈ, ਤੇ ਬਾਕੀ ਬਾਈ ਦਿਲਸ਼ਾਦ ਕੋਲ ਵੀ ਪੁੱਛ ਲੈਂਦੇ ਹਾਂ ਕੀ ਉਮੀਦ ਕੀਤੀ ਜਾ ਸਕਦੀ ਹੈ ਦੁੱਧ ਦੀ। ਅੱਲਾ ਦੁਕਾਨ ਦਾ 18-20 ਲੀਟਰ ਦੇ ਸੀ, ਜਿਤਨਾ ਮਾਝ ਨੂੰ ਆਰਡਰ ਹੈ ਇਹ ਆਰਡਰ ਦਾ ਆਖਦਾ 18-20, ਬਾਕੀ ਤੁਹਾਡੇ ਨਸੀਬ ਹੋਣੇ ਨੇ, 20 ਨਹੀਂ 18 ਨਹੀਂ 16 ਕਿਲੋ ਦੀ ਗਰੰਟੀ ਹੈ, 16 ਤਾਂ ਦੇ ਲੋਏ ਰੰਗਾ, ਇਹ ਤਾਂ ਹੁਣ ਇਹਦੇ ਵਿੱਚ ਸ਼ੱਕ ਹੀ ਕੋਈ ਨਹੀਂ ਹੈ, ਬਾਕੀ ਨਸੀਬ ਹੋਣੇ ਨੇ ਵੱਡਾ ਛੱਡਾ ਹਮੇ ਲੱਗਦਾ, ਇਹ ਕਰੇ 16, ਇਹ ਕਰੇ 15, ਇਹ ਕਰ ਜਾਵੇ 12, ਉਹ ਹੋਣੇ ਨੇ ਤੁਹਾਡੇ ਨਸੀਬ, ਲੇਕਿਨ 18-20, 22-25 ਵਾਲੀ ਗੱਲ ਕੋਈ ਨਹੀਂ ਹੈ, ਤੇ 15-16 ਕਿਲੋ ਬੱਚੇ ਨੂੰ ਛੱਡ ਕੇ ਇਨਸ਼ਾਅੱਲਾ ਦੇਸੀ, ਜੇਕਰ ਕੋਈ ਬੰਦਾ ਇਹਨੂੰ ਰਜਾ ਸੀ ਤੇ ਮਜ਼ੀਦ ਜਿਹੜੀ ਹੈ ਉਹ ਕੋ 2 ਕਿਲੋ ਜਾਂ 1 ਕਿਲੋ ਵੱਧ ਸਕਦੀ ਹੈ, ਘਟਦੀ ਨਹੀਂ, ਐਵੇਂ ਗੱਲ ਹੈ। ਹੁਣ ਕੀ ਰੇਟ ਹੈ ਇਹਦਾ, ਪਿਆਰ ਵਾਲਾ ਰੇਟ ਕਰਨਾ ਜੀ, ਜਿਵੇਂ ਹੁਣ ਵਾਹਵਾ 6 ਮਹੀਨਿਆਂ ਬਾਅਦ ਮੇਰੇ ਖਿਆਲ ਦੇ ਨਾਲ ਆਇਆ ਸਕਰੀਨ ਤੇ, ਹੁਣ ਉਹ 6 ਮਹੀਨਿਆਂ ਵਾਲੀ ਕਸਰ ਨਾ ਕੱਢੇ ਵੀ ਆ, ਰੇਟ ਪਿਆਰ ਵਾਲਾ ਕਰਨਾ ਕੈਮਰੇ ਦੇ ਵਿੱਚ ਵੇਖ ਕੇ ਅੱਗੇ। ਬਾਈ ਉਹਨਾਂ ਦਾ ਜਨਾਬ ਰਿਕਾਰਡ ਹੈ ਮੱਝ ਮਾਸ਼ਾਅੱਲਾ ਚੰਗੀ ਲੈ ਕੇ ਆਉਂਦੇ ਨੇ, 1 ਮਹੀਨੇ ਬਾਅਦ ਆਉਣ ਜਾਂ 3 ਮਹੀਨਿਆਂ ਬਾਅਦ ਆਉਣ ਜਾਂ 6 ਬਾਅਦ, ਮੱਝ ਚੰਗੀ ਲੈ ਕੇ ਆਉਂਦੇ ਨੇ ਤੇ ਰੇਟ ਮੁਨਾਸਿਬ ਹੁੰਦੇ ਨੇ, ਐਵੇਂ ਗੱਲ ਹੈ, ਰੇਟ ਮੁਨਾਸਿਬ ਹੁੰਦੇ ਨੇ ਤੇ ਜਾਨਵਰ ਵਿਕਦੇ ਰਹਿਣ, ਅੱਲਾ ਦੁਕਾਨ ਨਹੀਂ ਹੈ, ਸਾਰੀਆਂ ਵਿਕੀਆਂ ਨੇ।
ਹੁਣ ਬਸ ਰੇਟ ਪਿਆਰ ਵਾਲਾ ਕਰਕੇ ਦੋਸਤ ਆਖਣ ਬਾਜ਼ਾਰ ਵਾਕਿਆ ਬਾਈ ਦਿਲਸ਼ਾਦ ਆਇਆ ਵਾਹਵਾ ਦਿਹਾੜਿਆਂ ਬਾਅਦ ਤੇ ਰੇਟ ਚੰਗਾ ਕੀਤਾ ਇਸ ਵੀਡੀਓ ਲੱਗੇ ਮੱਝ ਵਿਕੇ ਤੇ ਜਾਂਦੀ ਪਈ ਉਹਨੇ 5 ਲੱਖ ਤੇ 80,000 ਰੁਪਈਆ 5,80,000 ਇਹਦੇ ਵਿੱਚ ਕੋਈ ਚਾਹਤਾ ਹੈ ਨਾ 19-20 ਹੋ ਜਾ ਸੇ ਜ਼ਿਆਦਾ ਤਾਂ ਨਹੀਂ ਆਪਣੀ ਮੈਂ ਬਹੁਤ ਚੰਗੀ ਹੈ ਮੱਝ ਵਾਕਿਆ ਚੰਗੀ ਹੈ ਮੱਝ ਮਾੜੀ ਨਹੀਂ ਅੱਲਾ ਦੇ ਹੁਕਮ ਦੇ ਨਾਲ ਤੇ ਹੁਣ ਇਹਦੇ ਵਿੱਚ ਕੋਈ ਚਾਹਤਾ ਹੈ ਨਹੀਂ 19-20 ਹੋ ਜਾ ਸੇ ਕੋ ਬੰਦਾ ਯਾਰ ਅੱਜ ਕੱਲ ਖਰਚੇ ਕਿਰਾਏ ਡਾਲੇ ਦਾ ਖਰਚਾ ਫਿਰ ਸਹਿ ਮਾਮਲਾਤ ਬਣ ਜਾਂਦੇ ਨੇ ਤੇ ਇਹ ਹੁਣ ਅਸੀਂ ਬਿਲਕੁਲ ਯੈਸ ਨੋ ਫਾਈਨਲ ਕਰ ਮੈਂ ਤਾਂ ਇੱਥੇ ਹੀ ਕਰਦੇ ਕੋਈ 5,60,000 ਦੀ ਮੈਂ ਦਿਸਾਂ ਫਾਈਨਲ 5,00,000 ਦੇ 60,000 ਇਕੱਠਾ 20 ਉਡਾ ਦਿੱਤਾ ਖਰਚਾ ਕਿਰਾਏ ਦਾ ਇਹ ਵਿਰਾਵਾਂ ਦਾ 5,00,000 ਦੇ ਜਨਾਬ 60,000 ਮਾਈ ਦੀ ਡਿਮਾਂਡ ਜੇ ਮੁੱਲ ਹੈ ਜਿਹੜਾ ਬਾਈ ਹੋਰ ਇਹ ਆਖਦੇ ਨੇ ਵੀ ਲੈ ਲਵਣਾ ਡਿਮਾਂਡ ਕਰਵਾਈ ਰੱਖੋ ਜਿੰਨੀ ਮਰਜ਼ੀ 5,80,000 ਅਗਰ ਕੋਈ ਬੰਦਾ ਆਖਦਾ ਜੇ ਡਿਮਾਂਡ ਕੀ ਹੈ ਤਾਂ ਉਹ 5,80,000 ਜੇ ਲੇਕਿਨ ਅਸੀਂ ਆਏ ਹਾਂ ਬਾਈ ਦੇ ਨਾਲ ਜਨਾਬ ਪਿਆਰ ਹੈ ਅਤੇ ਦੋਸਤਾਂ ਦੇ ਨਾਲ ਵੀ ਪਿਆਰ ਇਨਸ਼ਾਅੱਲਾ ਕਰਵਾਉਂਦੇ ਹਾਂ ਅਸੀਂ ਪਿਆਰ ਕਰਕੇ 5,00,000 ਦੇ 60,000 ਇਹ ਹੁਣ 5-60 ਫਾਈਨਲ ਹੈ ਜਾਂ ਵਿੱਚ ਮਾੜਾ ਮੋਟਾ ਹੋ ਜਾਂਦਾ ਹੈ ਫਾਈਨਲ ਹੈ ਮੋੜ ਵੀ ਕੋਈ ਆ ਜਾਂਦਾ 2-4,000 ਦਾ ਆਪਣੇ ਮੈਂ ਬਹੁਤ ਚੰਗੀ ਵੈਰਾਈਟੀ ਹੋ ਗਈ ਤਜਰ ਲੈਣਾ 7,000 ਆਪਾਂ ਫਿਰ ਵੀ ਖੋਲ ਸਾ ਖਰਚੇ ਕਿਰਾਏ ਚਾਹ ਵਾਸਤੇ 5,00,000 ਦੇ 60,000 ਵਿੱਚ ਚਾਤਾ ਮਾੜੀਆਂ ਮੋੜੀਆਂ ਨੰਬਰ ਚੱਲਦਾ ਸਕਰੀਨ ਤੇ 0308-910-2811 ਇਹਦੇ ਦੇ ਕਾਲ ਵਟਸਐਪ ਇਮੋ ਸਾਰੀਆਂ ਸਹੂਲਤਾਂ ਮੌਜੂਦ ਹਨ ਵੀਡੀਓ ਅੱਛੀ ਲੱਗਿਆ ਵੀਡੀਓ ਨੂੰ ਕਰਨਾ ਲਾਈਕ ਸ਼ੇਅਰ ਸੱਜਣਾ ਬੇਲੀਆਂ ਦੇ ਨਾਲ ਵੀਡੀਓ ਸ਼ੇਅਰ ਲਾਜ਼ਮੀ ਕਰਿਆ ਕਰੋ ਨਵੀਂ ਅੱਛੀ ਔਰ ਬਿਹਤਰੀਨ ਵੀਡੀਓ ਦੇ ਨਾਲ ਹਾਜ਼ਰ ਹੋਵਾਂਗਾ ਅੱਲਾ ਨਿਗਹਿਬਾਨ ਪਾਕਿਸਤਾਨ ਜ਼ਿੰਦਾਬਾਦ।